बेड़ा बन रहा जी तुम वेख रहे हो। ये केड़ी चादर है? गेज की है? 12 गेज का तैयार होता बेड़ा। इस ते टोटल कितना किलो लोहा लग जाता जो बेड़ा तैयार कर रहे हो? छोटा बेड़ा तकरीबन लग जाता 100 मन। 100 मन लोहा लग जाता है? तो कितने दिन तैयार हो जाता है? ये तकरीबन महीने तैयार हो जाता छोटा बेड़ा। ਜਿਹੜਾ ਵੱਡਾ ਬੇੜਾ ਉਹ 2-2.5 ਮਹੀਨੇ ਤਿਆਰ ਹੁੰਦਾ ਹੈ, ਉਹਦੇ ਤੇ 2-250 ਮਣ ਲੋਇਆ ਲੱਗਦਾ ਹੈ। ਅੱਛਾ, ਜਿਹੜੇ ਅਸੀਂ ਚਨਾਹ ਦੇ ਬੇੜੇ ਵੇਖੇ ਨੇ, ਅਸੀਂ ਚਨਾਹ ਦੇ ਮਣ ਤੋਂ ਆ, ਹਾਂਜੀ, ਉੱਥੇ ਤਾਂ ਲੱਕੜ ਦੇ ਨੇ ਉਹ ਸਾਰੇ ਬੇੜੇ। ਇੱਥੇ ਆ ਕੇ ਮੈਂ ਪਹਿਲੀ ਦਫਾ ਇਹ ਵੇਖਿਆ ਕਿ ਲੋਹੇ ਦਾ ਬੇੜਾ ਬਣ ਰਿਹਾ। ਲੋਹੇ ਦੇ ਬੇੜੇ ਨੇ ਸਾਡੇ ਕੋਲ, ਸਾਰੇ ਲੋਹੇ ਦੇ ਨੇ। ਪਹਿਲੇ ਲੱਕੜ ਦੇ ਸਨ, ਉਹ ਸਾਰੇ ਟੁੱਟ ਗਏ, ਹੁਣ ਅਸੀਂ ਲੱਕੜ ਦੇ ਤਿਆਰ ਕੀਤੇ। ਆ ਲੋਹੇ ਦੇ ਤਿਆਰ ਕੀਤੇ ਲੱਕੜ, ਕਿਉਂਕਿ ਹੁਣ ਜੇ ਟੁੱਟ ਜਾਵੇ ਤਾਂ ਮਿਲਦੀ ਵੀ ਅੱਛੀ ਲੱਕੜ ਨਹੀਂ, ਬੜੀ ਮੁਸ਼ਕਿਲ, ਪਾਣੀ ਚ ਗੜ ਜਾਂਦਾ। ਇਹ ਵੀ ਮੰਨ ਜਾਵੇ ਨਾ, ਜਿਸ ਹਿਸਾਬ ਨਾਲ ਖਰੀਦੇ ਪਏ ਹੁਣ ਅਸੀਂ ਲੋਹਾ, ਇਹ 50 ਸਾਲਾਂ ਬਾਅਦ ਉਸ ਹਿਸਾਬ ਨਾਲ ਇਹ ਸਕਰੈਪ ਵਿਕ ਜਾਵੇ। ਵਿਕ ਜਾ ਤੇ ਇਹ ਕਿੰਨਾ ਸਾਲ ਕੱਢ ਜਾਂਦਾ ਹੈ? ਇਹ ਤਕਰੀਬਨ ਜਿਹੜੀ ਚੱਦਰ ਹੈ ਨਾ, ਇਹ 5-6 ਸਾਲ ਕੱਢ ਜਾਂਦੀ ਹੈ। 5-6 ਸਾਲ ਕੱਢ ਜਾਂਦੀ ਹੈ, ਉਸ ਤੋਂ ਬਾਅਦ ਐਂਗਲ ਐਵੇਂ ਰਹਿੰਦੇ ਨੇ, ਚੱਦਰ ਨਵੀਂ ਪਾ ਦੇਵੀ। ਅੱਛਾ, ਅਗਲਾ ਸਵਾਲ ਹੈ ਵੀ ਜੇ ਤੋਂ ਜ਼ੰਗ ਤੋਂ ਬਚਾਉਣ ਵਾਸਤੇ ਤੁਸੀਂ ਕੀ ਕਰਦੇ ਹੋ? ਅਸਲ ਨਾਲ ਜਿਸ ਜ਼ੰਗ ਤੋਂ ਬਚਾਉਣ ਵਾਸਤੇ ਲਾਉਂਦੇ ਨੇ ਬੇੜਿਆਂ ਨੂੰ, ਉਹ ਚੱਦਰ ਬੜੀ ਦੇਰ ਕੱਢ ਜਾਂਦੀ ਹੈ। ਇਹ ਭਾਈ ਸਨ ਉਹਨਾਂ ਇਹਨਾਂ ਲੈਣ ਦੀ ਕਾਲੀ, ਇਹਨਾਂ ਤਾਂ ਅਸੀਂ ਚੈੱਕ ਕਰਨੀ ਕਾਲੀ ਚਾਦਰ ਕਿੰਨਾ ਦੇਰ ਕੱਢਦੀ ਹੈ। ਅੱਛਾ, ਇਸ ਛੋਟੀ ਬੇੜੀ ਹੈ ਜੀ। ਅੱਛਾ, ਇਸ ਨੂੰ ਅੱਗੇ ਕਿਹੜੀ ਚਾਦਰ ਲੱਗੀ ਹੋਈ ਹੈ? ਇਹਨੂੰ ਅੱਗੇ ਜਿਸ ਲੱਗੀ ਹੋਈ ਸੀ। ਅੱਛਾ, ਇਹ ਨਿੱਕਿਆ ਤੇ ਉਹ 6 ਸਾਲ ਚੱਲੀ ਹੈ। 6 ਸਾਲ ਚੱਲੀ ਹੈ, ਉਹ 14 ਗੇ ਲੱਗੀ ਹੋਈ ਸੀ ਹੌਲੀ। ਹਾਂ, ਇਸ ਬੇੜੇ ਤੇ ਬਣਾਉਣ ਤੇ ਕਿੰਨਾ ਖਰਚਾ ਆਉਂਦਾ? ਜਿਹੜਾ ਵੱਡਾ ਬੇੜਾ ਨਾ ਜੀ, 50-60 ਫੁੱਟ, ਜਿਹੜਾ ਅੱਗੇ ਸੀ ਉਹ ਬੇੜੇ ਵੇਖੇ ਨੇ? ਹਾਂ ਜੀ, ਜਿਹੜੇ ਦੂਸਰੇ ਸੀ ਬੇੜੇ ਵੇਖੇ। ਹਾਂ, ਆ ਸਾਹਮਣੇ 55 ਫੁੱਟ ਹੈ। ईमानदारी बेड़ा चला रहे एक दिन कि कमा लेंगे सेपिया ने इन्हें दाने लैने ਸਾਲ ਦੇ ਬਾਅਦ ਦਾਣੇ ਲੈਣੇ? ਹਾਂ, ਸਾਲ ਬਾਅਦ ਇਹਨਾਂ ਦਾਣੇ ਲੈਣੇ ਹੁੰਦੇ ਨੇ, ਨਾਲ ਕੋਈ 20 ਰੁਪਏ ਮੋਟਰਸਾਈਕਲ ਦੇ ਵੀ ਟੱਕਰ ਜਾਂਦੇ ਨੇ, ਸ਼ਾਮ ਨੂੰ ਇਹਨਾਂ ਦਾ ਡੀਜ਼ਲ ਤੇ ਖਰਚਾ ਘਰ ਦਾ ਬਣ ਜਾਂਦਾ। ਨਹੀਂ, ਇਹ ਦਾਣੇ ਇਹ ਸਾਰੇ ਜਿਹੜੇ ਲੋਕ ਸਵਾਰੀ ਕਰ ਰਹੇ ਨੇ, ਇਹ ਸਾਰੇ ਦਾਣੇ ਦਿੰਦੇ ਨੇ? ਹਾਂਜੀ, ਸਾਰੇ ਜਿਹੜੇ ਠਾੜ ਬੈਠੇ ਨੇ, ਹਾਂ, ਉਹਨੇ ਕਰਾਸ ਹੋਣਾ ਦਰਿਆ ਤੋਂ ਤੇ ਉਹ ਮੁੰਡੇ ਨੇ ਦਾਣੇ ਕੋ ਮਨ ਦੋ ਮਨ ਦਾਣੇ ਦਿੰਦੇ ਜਾਂਦੇ ਨੇ। ਉਹ ਤਕਰੀਬਨ ਜਿੰਨੇ ਵੀ ਘਰ ਨੇ, ਹਾਂ, ਉਹ ਸਾਰੇ ਨੇ ਦਿੰਦੇ ਨੇ, ਇਹਨਾਂ ਦਾ 500-600 ਮਨ ਦਾਣੇ ਹੋ ਜਾਂਦੇ ਨੇ। ਅੱਛਾ, ਉਹ ਹੀ ਕਮਾਈ ਤੇ ਇੱਥੇ ਫਿਰ ਮੋਟਰਸਾਈਕਲ ਵਗੈਰਾ ਦਾ ਇਹਨਾਂ ਦਾ ਲੈਂਦੇ ਨੇ? ਮੋਟਰਸਾਈਕਲ ਦਾ 20 ਰੁਪਏ, 10 ਰੁਪਏ, 20 ਰੁਪਏ ਦਿੰਦੇ ਰਹਿੰਦੇ ਨੇ ਇਹਨਾਂ ਨੂੰ, ਉਹ ਇਹਨਾਂ ਦਾ ਖਰਚਾ ਬੰਦਾ ਰਹਿੰਦਾ। ਉਹ ਇਜ਼ਾਫੀ ਜਾਂ ਉਹਨਾਂ ਦੇ ਪਹਿਲਾਂ ਕੀਤਾ ਹੁੰਦਾ ਹੈ ਕਿ ਅਸੀਂ ਮੁੱਕੀ ਹੋਈ ਇੱਕ ਮੋਟਰਸਾਈਕਲ ਦੇ ਅਸੀਂ ਪੈਸੇ ਲੈਣੇ ਨੇ ਤੇ ਬੰਦਿਆਂ ਦੇ ਜਿਹੜਾ ਹੈ ਉਹ ਪੈਸਾ ਕੋਈ ਦਾਣੇ ਲੈਣੇ ਨੇ। ਇਹ ਹੁਣ ਜਿਹੜਾ ਟਰਾਲੀ ਅੱਗੇ ਗਈ ਹੈ ਉਹ ਵੀ 500 ਰੁਪਏ ਲੈਂਦੇ ਜੀ? ਉਹ ਵੀ ਸੇਪ ਵਿੱਚ ਕੋਈ ਨਹੀਂ ਮੁੱਕਾ ਹੁੰਦਾ? ਨਹੀਂ ਨਹੀਂ, ਉਹ ਸੇਪ ਵਿੱਚ ਨਹੀਂ ਹੁੰਦਾ, ਉਹ ਹੁੰਦਾ 500 ਰੁਪਏ ਜੇ ਅਗਰ ਲੋਕਲ ਆਵੇ ਵੀ, ਮਤਲਬ ਸੇਪੀ ਵਾਲਾ ਤੋਂ ਬਗੈਰ ਆਵੇ ਤਾਂ ਹੁੰਦਾ 1000 ਰੁਪਏ ਟਰਾਲੀ ਦਾ। ਮਤਲਬ ਇਸ ਤਰ੍ਹਾਂ ਖਰਚਾ ਵੀ ਨਿਕਲਿਆ ਰਹਿੰਦਾ ਇਹਨਾਂ ਦਾ, ਉਹ ਸਾਲ ਬਾਅਦ 500-600 ਮਣ ਦਾਣਾ ਵੀ ਇਕੱਠਾ ਹੋ ਜਾਂਦਾ ਤੇ ਇਸ ਇਹ ਬੇੜੇ ਇੱਕ ਹੀ ਘਰ ਜਾਂਦੇ ਨੇ ਜਾਂ ਮੁਕਸਲਫ ਘਰਾਂ ਦੇ ਫਿਰ ਬੇੜੇ? 54 ਘਰਾਂ ਦੇ ਨੇ, 54 ਘਰਾਂ ਦੀ ਸੇਪ ਹੁੰਦੀ ਆਪਸ ਵਿੱਚ ਮੋੜੇ ਵੰਡ ਲੈਂਦੇ ਨੇ, ਕਿਉਂਕਿ ਅੱਗੇ ਦਰਿਆ ਤੋਂ ਪਾਰ ਤੇ ਕਾਫੀ ਜ਼ਿਆਦਾ ਆਬਾਦੀਆਂ ਨੇ, ਉਹਨਾਂ ਸਾਰੇ ਘਰਾਂ ਦੀਆਂ ਫਿਰ ਸੇਪ ਬਣੀ ਹੋਈ ਜਿਹੜੀ ਇਸ ਪੱਤਣ ਦੀ ਵੱਖਰੀ ਸੇਪ ਹੈ, ਦੂਸਰੇ ਪੱਤਣ ਦੀ ਵੱਖਰੀ ਸੇਪ ਹੈ। ਹਾਂਜੀ, ਵਾਹ ਜੀ ਵਾਹ। ਕੋਈ ਹੋਰ ਗੱਲ ਇਸ ਪੱਤਣ ਦੇ ਬਾਰੇ, ਇਸ ਪਿੰਡ ਦੇ ਬਾਰੇ? ਬਸ ਇਹ ਠੀਕ। ਤੁਸੀਂ ਕਦੋਂ ਦੇ ਇੱਥੋਂ ਹੋ? ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਅਜਾਜ਼ ਅਹਿਮਦ ਹੈ, ਮੇਰੀ ਤਕਰੀਬਨ 36-39 ਸਾਲ ਉਮਰ ਹੋ ਗਈ। ਤੇ ਇੱਥੋਂ ਅਟਾਰੀ ਦੇ ਰਹਿਣ ਵਾਲੇ? ਹਾਂਜੀ, ਮੈਂ ਅਟਾਰੀ ਦੇ ਪ੍ਰਦੇਸ਼ ਦੇ ਬੇੜੇ ਕਿਹੜੇ ਤਿਆਰ ਕਰਦਾ। ਅੱਛਾ, ਬੇੜੇ ਤੁਸੀਂ ਤਿਆਰ ਕਰਦੇ ਹੋ? ਮਾਸ਼ਾਅੱਲਾ, ਇਹ ਫਨ ਤੁਹਾਡਾ ਹੈ ਬੇੜੇ ਤਿਆਰ? ਬੇੜੇ ਵੀ ਤਿਆਰ ਹੋਏ। ਤੇ ਇਹ ਤੁਸੀਂ ਇੱਕ ਤੁਸੀਂ ਤਿਆਰ ਕਰਨ ਦਾ ਕਿੰਨਾ ਕੁ ਲੈ ਲੈਂਦੇ, ਮਜ਼ਦੂਰੀ ਕਿੰਨੇ ਲੈ ਲੈਂਦੇ ਹੋ? ਇਸ ਬੇੜੇ ਦੀ 1,00,000 ਰੁਪਇਆ ਮਜ਼ਦੂਰੀ ਹੈ, ਵੱਡੇ ਬੇੜੇ ਦੀ 2,00,000 ਰੁਪਇਆ ਮਜ਼ਦੂਰੀ। ਇਹ ਛੋਟੇ ਬੇੜੇ ਦੇ 1,00,000 ਰੁਪਏ? ਹਾਂਜੀ। ਤੇ ਵੱਡਾ ਬੇੜਾ ਤਿਆਰ ਕਰਕੇ ਤਾਂ 2,00,000 ਮਜ਼ਦੂਰੀ? ਤੁਹਾਡਾ ਵੀ ਕੰਮ ਇਸ ਦੇ ਨਾਲ ਚੱਲੇ ਹੋਇਆ? ਹਾਂਜੀ। ਤੇ ਇਹਨਾਂ ਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਹੈ, ਹਾਂਜੀ, ਉਦੋਂ ਫਿਰ ਕੀ ਕਰਦੇ ਨੇ? ਉਦੋਂ ਵੀ ਇਹ ਬੇੜੇ ਚੱਲਦੇ ਨੇ, 2-2 ਪੀਟਰ ਲਾ ਦੇ ਵੀ ਦੇ ਨੇ। ਇਹ ਛੋਟਾ ਦੇ ਇੱਕ ਚੱਲਦਾ, ਵੱਡਿਆਂ ਦੇ 2-2 ਲਾ ਦੇ। ਨਹੀਂ ਤੇ ਇਹ ਦੱਸ ਰਹੇ ਨੇ ਕਿ ਬੇੜੇ ਜੋੜ ਕੇ ਵੀ ਇੱਕ ਪੁਲ ਵੀ ਬਣਾ ਲਿਆ ਜਾਂਦਾ? ਹਾਂਜੀ, ਪੁਲ ਵੀ ਬਣਾ ਲਈ ਦੀ ਹੈ, ਜਿਹਲੇ ਪਾਣੀ ਥੋੜਾ ਹੋ ਜਾਵੇ। ਹੁਣ ਪਾਣੀ ਜ਼ਿਆਦਾ ਨਾ, ਇਸ ਪਾਣੀ ਕੰਮ ਹੋਵੇ ਤਾਂ ਸਾਰੇ ਬੇੜੇ ਜੋੜ ਕੇ ਪੁਲ ਬਣ ਜਾਵੇ। ਤੇ ਜਿਸ ਪੁਲ ਬਣਦੀ ਹੈ, ਹਾਂਜੀ, ਉਹ ਸਿਰਫ ਇੱਕ ਮਜ਼ਦੂਰੀ ਕਿਵੇਂ ਲੈਂਦੇ ਨੇ? ਉਹ ਮਜ਼ਦੂਰੀ ਸ਼ਾਮ ਨੂੰ ਸਾਰੇ ਇਕੱਠੇ ਕਰਕੇ ਪੈਸੇ ਤੋਂ ਆਪਸ ਤਕਸੀਮ ਕਰ ਲੈ ਜਾਂਦੇ। ਜਿਹੜਾ ਬੰਦਾ ਗੁਜ਼ਰਦਾ ਉਸ ਤੋਂ ਮਜ਼ਦੂਰੀ ਲੈਂਦੇ ਨੇ? ਉਹ 10 ਰੁਪਏ ਸਕੂਟਰ ਦੇ ਨੇ, ਉਦੋਂ 10 ਰੁਪਏ ਮੋਟਰਸਾਈਕਲ ਦੇ, ਕਿਉਂਕਿ ਪੈਟਰੋਲ ਨਹੀਂ ਖਰਚ ਹੁੰਦਾ। ਹਾਂਜੀ, ਤੇ ਬਾਕੀ ਸੇਪ ਉਸ ਤਰ੍ਹਾਂ ਚੱਲਦੀ ਹੈ, ਉਸ ਤਰ੍ਹਾਂ। ਅੱਛਾ, ਟਰੈਕਟਰ ਟਰਾਲੀ ਦੇ ਵੇਲੇ ਦਾ ਪੈਸਾ ਨੇ? ਹਾਂਜੀ। ਤੇ ਗੱਡੀ ਦਾ ਕਿੰਨੇ ਲੈਂਦੇ ਨੇ? 100 ਰੁਪਏ। ਗੱਡੀ ਦਾ 100 ਰੁਪਏ ਲੈਂਦੇ ਹੋ? ਤੁਸੀਂ ਬੇੜਾ ਚਲਾਉਂਦੇ ਹੋ? ਤੁਹਾਡਾ ਕੀ ਨਾਮ ਹੈ? ਜ਼ਫਰ। ਜ਼ਫਰ, ਤੇ ਕਿੰਨੇ ਅਰਸੇ ਤੋਂ ਕੰਮ ਕਰ ਰਹੇ ਹੋ? ਮੈਂ ਤਾਂ ਹੋਣੇ 2 ਮਹੀਨੇ ਹੋਏ ਨੇ ਸਰ। 2 ਮਹੀਨੇ ਹੋ ਰਹੇ? ਤੇ ਅੱਗੇ ਤੁਹਾਡਾ ਅੱਗੇ ਕੋਈ ਹੋਰ ਕੰਮ ਚਲਾਉਣ ਦੇ? ਮਲਾ ਚਲਾਉਣ ਦੇ ਪੈਣੇ ਆ, ਬੈਠੇ ਨੇ ਚਲਾਉਣ। ਅੱਛਾ, ਤੁਸੀਂ ਇਸ ਮਜ਼ਦੂਰੀ ਤੇ? ਤੇ ਕਿੰਨੀ ਮਜ਼ਦੂਰੀ ਤੁਹਾਨੂੰ ਮਿਲਦੀ ਹੈ? ਬਾਜੂ ਪੱਤੀ ਨਾਲ ਕਦੇ 400 ਕਦੇ 500 ਦਿਹਾੜੀ ਦਾ ਲੱਭ ਜਾਂਦਾ। 1000 ਵੀ ਮਿਲ ਜਾਂਦਾ, 1000 ਵੀ ਮਿਲ ਜਾਂਦਾ। ਅੱਛਾ, ਇਹ ਮਲਾ ਤੁਸੀਂ ਹੋ ਜੀ? ਹੈ ਜੀ, ਮਲਾ ਅਕਰਮ ਖਾਨ। ਤੇ ਤੁਸੀਂ ਕਦੋਂ ਕਿਤਨੇ ਅਰਸੇ ਤੋਂ ਕੰਮ ਕਰ ਰਹੇ ਹੋ? ਮਲਾ ਤੇ ਪਿਓ ਦਾਦੇ ਤੋਂ ਕੰਮ। ਪਿਓ ਦਾਦੇ ਤੋਂ ਕੰਮ ਕਰ ਰਹੇ ਹੋ? ਤੁਹਾਡਾ ਕੀ ਨਾਮ ਹੈ? ਮੁਹੰਮਦ ਅਕਰਮ।
ਮੁਹੰਮਦ ਅਕਰਮ, ਇਸ ਮਜ਼ਦੂਰੀ ਤੋਂ ਰੋਜ਼ੇ ਤੋਂ ਮੁਤਮੈਨ ਹੋ ਫਿਰ ਤੁਸੀਂ? ਹਾਂਜੀ। ਨਾਲ ਆਪਣੇ ਕੋਈ ਨਾਲ ਮਾੜੀ ਮੋਟੀ ਕਣਕ ਸ਼ਣਾ ਕੋਈ ਗੱਡੀ ਛੱਡੀ ਆਉਂਦੀ ਹੈ? ਇਹ ਤਾਂ ਇਹ ਸਾਰਾ ਕੁਛ ਹੈ, ਕਣਕ ਗੱਡੀ ਹੈ। ਹੁਣ ਜਿਹੜੀ ਤੁਹਾਡੀ ਔਲਾਦ ਹੈ, ਕਿੰਨੇ ਬੱਚੇ ਨੇ ਤੁਹਾਡੇ? ਮਾਸ਼ਾਅੱਲਾ ਛੇ ਬੱਚੇ ਨੇ। ਉਹਨਾਂ ਬੱਚਿਆਂ ਨੂੰ ਇਸ ਕੰਮ ਤਾਂ ਹੀ ਲਾਉਣਾ ਹੈ ਜਾਂ ਪੜ੍ਹਦੇ ਵੀ ਨੇ ਬੱਚੇ, ਇਹਨਾਂ ਦੇ ਬਾਹਰ ਵੀ ਕੰਮ ਕਰਦੇ ਵੀ ਨੇ, ਬਾਹਰ ਵੀ ਕੰਮ ਕਰਦੇ? ਤੁਸੀਂ ਕਿਤੇ ਨੇ ਪੜ੍ਹੇ ਹੋ? ਕਿਤਨੇ ਬਾਈ ਹੋ? ਪੰਜ ਬਾਈ। ਤੁਸੀਂ ਸਾਰਾ ਇਹ ਮਲਾਈ ਦਾ ਕੰਮ ਹੀ ਕਰਦੇ ਹੋ? ਜਿਹੜੇ ਇਹ ਮਜ਼ਦੂਰੀ ਲੈਂਦੇ ਹੋ, ਸਾਡੇ ਕੋਲ ਚਨਾ ਤੁਹਾਨੂੰ ਮਲਾਈ ਆਖਦੇ ਨੇ, ਅਤੇ ਇੱਥੇ ਕੀ ਆਖਦੇ ਨੇ? ਇੱਥੇ ਮਜ਼ਦੂਰੀ ਆਖਦੇ ਨੇ ਤਾਂ ਨਹੀਂ, ਸਾਡੇ ਕੋਲ ਜਿਹੜਾ ਮਲਾਈ ਕਹਿੰਦੇ, ਮਲਾਈ ਜਿਹੜੇ ਅਸੀਂ ਉਗਾੜੀ ਉਹ ਪੈਸੇ ਲੈਂਦੇ ਹਾਂ, ਉਹਨੂੰ ਮਲਾਈ ਆਖਦੇ ਨੇ ਚਨਾ 'ਤੇ, ਅਤੇ ਸੁਤਲੋਜ ਤਾਂ ਵੀ ਮਲਾਈ ਆਖਦੇ ਨੇ ਉਸ ਨੂੰ। ਅੱਛਾ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਅੱਲਾ ਹਾਫਿਜ਼।